जयकार कियो धर्मियों का, पापी को दंड दियो रे, पापी को दंड दियो रे। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਅਸੀਂ ਸ਼੍ਰੀ ਅਕਾਲ ਸਾਹਿਬ ਤੋਂ ਆਏ ਹਾਂ, ਗੁਰੂ ਹਰਗੋਬਿੰਦ ਸਾਹਿਬ ਦੇ ਬੜੇ ਵੱਡੇ ਸਥਾਨ ਤੋਂ ਆਏ ਹਾਂ ਜੀ। ਉੱਥੇ ਗੁਰੂ ਮਹਾਰਾਜ ਆਪਣੇ ਤਿੰਨ ਪੈਰ ਦੀ ਸੇਵਾ, ਸਾਡੇ ਇਸ਼ਨਾਨ ਦੀ ਸੇਵਾ ਆਪਣੇ ਪਾਸੋਂ ਲੈਂਦੇ ਆ ਮਹਾਰਾਜ। ਬਹੁਤ ਕਿਰਪਾ ਗੁਰੂ ਮਹਾਰਾਜ ਦੀ। ਸਾਡੇ ਨਾਲ ਸਾਡੇ ਸਾਥੀ ਆਏ ਆ, ਸਾਡੇ ਮੇਨ ਸੇਵਾਦਾਰ ਆ ਆਪਾਂ ਰਾਜੂ ਜੀ ਆ, ਅਤੇ ਬਾਕੀ ਹੋਰ ਸਾਡੇ ਪ੍ਰੇਮੀ ਸੇਵਕ ਜਿਹੜੇ ਸਾਡੇ ਨਾਲ ਆਏ ਆ। ਬੜੀ ਕਿਰਪਾ ਗੁਰੂ ਮਹਾਰਾਜ ਦੀ, ਬਹੁਤ ਤਰਸ ਗਾ ਗੁਰੂ ਮਹਾਰਾਜ ਦਾ, ਬਹੁਤ ਤਰਸਿਆ ਜੀ। ਅਸੀਂ ਅੱਜ ਪਹੁੰਚੇ ਹਾਂ ਇੱਥੇ ਮਹਾਰਾਜ ਦੇ ਬਹੁਤ ਵੱਡੇ ਜਿਹੜੇ ਯੋਧੇ ਹੋਏ ਆ, ਹੀਰੇ ਹੋਏ ਆ ਸਾਡੇ ਕੌਮ ਦੇ, ਬਾਬਾ ਸੁਖਵੰਤ ਸਿੰਘ ਜੀ, ਬਾਬਾ ਬਲਵੰਤ ਸਿੰਘ ਜੀ ਮਹਾਰਾਜ, ਉਹਨਾਂ ਦੇ ਸਥਾਨ 'ਤੇ ਆਪਾਂ ਪਹੁੰਚੇ ਹਾਂ। ਇਹਨਾਂ ਨੇ ਜੋ ਸਾਡੀ ਕੌਮ ਲਈ ਕੀਤਾ ਮਹਾਰਾਜ, ਅਸੀਂ ਇਹਨਾਂ ਦਾ ਦੇਣਾ ਨਹੀਂ ਦੇ ਸਕਦੇ। ਬਹੁਤ ਸ਼ਹੀਦੀਆਂ ਪਾਈਆਂ, ਸਤਿਕਾਰ ਇਹਨਾਂ ਦਾ, ਬਹੁਤ ਸਤਿਕਾਰ ਇਹਨਾਂ ਦਾ। ਸ਼ਹੀਦ ਸਿੰਘ ਕਿਹਾ ਜਾਂਦਾ ਇਹਨਾਂ ਨੂੰ, ਸ਼ਹੀਦ ਸਿੰਘਾਂ ਨੇ ਸ਼ਹੀਦਾਂ ਪਾਈਆਂ ਇਹਨਾਂ ਨੇ ਮਹਾਰਾਜ, ਬਹੁਤ ਕਿਰਪਾ ਕੀਤੀ ਇਹਨਾਂ ਨੇ। ਸਾਨੂੰ ਚਾਹੀਦਾ ਜੋ ਅੱਜ ਕੱਲ੍ਹ ਯੁੱਗ 'ਚ ਹੋਣ ਦਿਆ, ਨਸ਼ੇ ਇੰਨੇ ਵੱਧ ਗਏ ਆ, ਜੋ ਮੁਸਲਮਾਨ ਸਾਡੇ ਲਈ ਕੀਤਾ, ਅਸੀਂ ਚੋਪਾਂ ਕਿਉਂ ਚੋਪਾਂ? ਸਾਨੂੰ ਗੁਰੂ ਮਹਾਰਾਜ ਨੇ ਸਾਡੀ ਜੋ ਪੰਕਤੀਆਂ ਨੂੰ ਸੁਣਾਈਆਂ ਵਾ, ਆਪਾਂ ਚੋਪਾਂ ਸਿਰਫ ਉਹਨਾਂ ਦੀ, ਆਪਾਂ ਸਿਰਫ ਬਾਣੀ ਦੇ ਆਧਾਰ 'ਤੇ ਗੱਲ ਕਰਾਂਗੇ ਮਹਾਰਾਜ, ਕਿ ਜੋ ਸੱਚ ਆ, ਸੱਚ ਇਹ ਆ ਕਿ ਸਾਡੀ ਬਾਣੀ ਸਾਨੂੰ ਸ਼ੋਭਾ ਨਹੀਂ ਦਿੰਦੀ, ਆਪਾਂ ਲੜੀਏ ਕਿਸੇ ਨਾਲ, ਹੈ ਨਾ, ਕਰੀਏ ਤਿਆਰ ਕਰੀਏ, ਪਰ ਜਦੋਂ ਆਤ ਜਦੋਂ ਚੁੱਕੀ ਜਾਂਦੀ ਆ, ਜਦੋਂ ਬੁਰਾ ਹਾਲ ਹੋ ਜਾਂਦਾ, ਫਿਰ ਕੌਣ ਸੂਰਮੇ ਉੱਠਦੇ ਆ? ਉਹ ਸੂਰਮੇ ਉੱਠੇ ਸੀਗੇ, ਉਹ ਉਹਨਾਂ ਦਾ ਨਾਂ ਸਤਵੰਤ ਸਿੰਘ ਅਤੇ ਬਲਵੰਤ ਸਿੰਘ ਜੀ ਸੀਗੇ, ਜੋ ਖਾਲਸਾ ਭਿੰਡਰਾਵਾਲਿਆਂ ਦੇ ਨਾਲ ਰਹੇ ਆ 84 ਸਮੇਂ ਤੋਂ, ਉਹਨਾਂ ਜੰਗਾਂ ਕੀਤੀਆਂ। ਬਹੁਤ ਕਿਰਪਾ ਗੁਰੂ ਮਹਾਰਾਜ ਦੀ, ਤਰਸ ਕਰਕੇ ਮਹਾਰਾਜ ਨੇ ਆਪ ਸੇਵਾ ਲਈ ਨਾ ਪਾਸ ਹੋ, ਜਿਹਨਾਂ ਨੇ ਇੰਦਰਾ ਗਾਂਧੀ ਸੋਧੀ ਆ ਜੀ। ਬਹੁਤ ਕਿਰਪਾ ਵਾ, ਅਸੀਂ ਪਹੁੰਚੇ ਇਹਨਾਂ ਦੇ ਸਥਾਨ 'ਤੇ, ਅਤੇ ਸਭ ਵੀਰਾਂ ਭੈਣ ਭਰਾਵਾਂ ਨੂੰ ਬੇਨਤੀ ਆ, ਗੁਰਮੁਖ ਪਿਆਰ ਨੂੰ, ਚੜ੍ਹਦੀ ਸਿੰਘਾਂ ਨੂੰ ਬੇਨਤੀ ਆ, ਵੱਧ ਤੋਂ ਵੱਧ ਇੱਥੇ ਇਕੱਠੇ ਹੋਵੋ, ਇਹਨਾਂ ਦੀ ਬਰਸੀ ਨੂੰ ਮਨਾਈਏ, ਅਸੀਂ ਸਤਿ ਦਿਨ ਨੂੰ ਪ੍ਰਣਾਮ ਕਰੀਏ, ਇੱਥੇ ਮਿਲੀਏ, ਸਭ ਜੁੱਟ ਕਰੀਏ, ਅਤੇ ਇਹ ਸਾਡੇ ਜੋ ਅੱਜ ਜਿਹੜਾ ਕਲਯੁੱਗ ਆ, ਸਾਡੀ ਪੀੜ੍ਹੀ ਆ, ਇਹਨੂੰ ਬਹੁਤ ਲੋੜ ਆ, ਇਕੱਠੇ ਹੋਣ ਦੀ ਬਹੁਤ ਲੋੜ ਆ। ਗੁਰਮੁਖ ਪਿਆਰਿਓ, ਬੇਨਤੀ ਆ, ਤੁਹਾਡੇ ਚਰਨਾਂ 'ਚ ਬੇਨਤੀ ਆ, ਜਿਹੜੇ ਨਸ਼ੇ ਆਪਾਂ ਕਰ ਰਹੇ ਹਾਂ, ਅਸੀਂ ਇਹ ਨਸ਼ਾ ਛੱਡ ਕੇ ਮਰਦ ਨਸ਼ੇ, ਬਾਣੇ ਨਸ਼ੇ ਨੂੰ ਆਪਾਂ ਅਪਣਾਈਏ, ਜਿਹੜਾ ਸਾਰਾ ਸਥਿਰ ਰਹਿਣ ਵਾਲਾ ਵਾ, ਅਸਥਿਰ ਰਹਿਣ ਵਾਲੀ ਚੀਜ਼ ਨਾ ਅਪਣਾਈਏ ਮਹਾਰਾਜ। ਕਿਰਪਾ ਬੇਨਤੀ, ਜੋ ਜਿਹੜੀ ਤੁਹਾਡੇ ਚਰਨਾਂ ਵਿੱਚ ਗੁਰੂ ਮਹਾਰਾਜ ਨਮਸਕਾਰ ਕਰੀਏ, ਗੁਰੂ ਮਹਾਰਾਜ ਖੁਸ਼ੀਆਂ ਲਈਏ, ਦਰ ਕਰ ਇੱਥੇ ਪਹੁੰਚੋ, ਵਾਹ ਤੋਂ ਸਿੰਘ ਇਕੱਠੇ ਹੋਵੋ, ਇੱਥੇ ਪਹੁੰਚੋ। ਜੋ ਅੱਜ ਕੱਲ੍ਹ ਚੱਲ ਰਿਹਾ ਇਹ ਮਹਾਰਾਜ ਬਹੁਤ ਬੁਰਾ ਹੈ, ਇਹਦਾ ਅੰਤ ਹਮੇਸ਼ਾ ਬੁਰਾ ਹੀ ਆ, ਅਤੇ ਬੁਰੇ ਦਾ ਬੁਰਾ ਅੰਤ ਮਹਾਰਾਜ ਆਪ ਨੇੜੇ ਹੁੰਦੇ ਯਾਰੀ। ਬਾਕੀ ਸਭ ਤੁਸੀਂ ਸਿਆਣੇ ਹੋ, ਗੁਰੂ ਸਾਹਿਬ ਜੀ ਕਿਰਪਾ ਜੋ ਮਹਾਰਾਜ ਸਿਖਾ ਗਏ ਆ, ਬਹੁਤ ਕਿਰਪਾ ਗੁਰੂ ਮਹਾਰਾਜ ਦੀ, ਬਹੁਤ ਮਹਾਰਾਜ ਨੇੜੇ ਹੋ ਕੇ ਅੱਜ ਵੀ ਵਰਤਦੇ ਆ। ਬਸ ਮਹਾਰਾਜ ਨੂੰ ਵੇਖਣ ਦੀ ਕੋਸ਼ਿਸ਼ ਕਰੋ ਮਹਾਰਾਜ, ਉਹ ਨਿਗਾਹ ਬਣਾਓ ਆਪਣੀ, ਮਹਾਰਾਜ ਅੱਜ ਵੀ ਹਾਜ਼ਰ ਨਾਜ਼ਰ, ਸਾਡੇ ਸਾਧ ਵੀ ਹਾਜ਼ਰ ਨਾਜ਼ਰ ਆ। ਬਾਕੀ ਬੇਨਤੀ ਆ, ਇੱਥੇ ਮਹਾਰਾਜ ਦੀ ਬਰਸੀ ਆਪਾਂ ਮਨਾ ਰਹੇ ਹਾਂ, ਸਾਡੇ ਵੀਡੀਓਗ੍ਰਾਫ ਸਾਡੇ ਨਾਲ ਜਿਹੜੇ ਸਾਡੇ ਰਿਕਾਰਡ ਕਰਦੇ ਪਏ ਆ, ਬੜੀ ਕਿਰਪਾ ਗੁਰੂ ਮਹਾਰਾਜ ਇਹਨਾਂ 'ਤੇ ਵੀ, ਸਤਿਗੁਰੂ ਕਿਰਪਾ ਕਰਨ ਸਾਹਿਬ, ਇਹ ਸਾਰੇ ਸਾਬਾ ਸੁਰ ਸਿੰਘ ਆ, ਸਾਰੇ ਅੰਮ੍ਰਿਤਧਾਰੀ ਨਿਹੰਗ ਸਿੰਘ ਪਰਿਵਾਰਾਂ 'ਚੋਂ ਆ ਜੀ। ਬਾਕੀ ਆਪ ਜੀ ਕਿਰਪਾ ਕਰੋ, ਵੱਧ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ ਖੁਸ਼ੀਆਂ ਪ੍ਰਾਪਤ ਕਰੋ ਜੀ, ਅਤੇ ਬਾਕੀ ਸਾਡੇ ਆ ਕਈ ਵੀਰ ਆ ਸਾਡੇ ਜਿਹੜੇ ਨਾਲ ਆਏ ਆ, ਥੋੜ੍ਹਾ ਕੁਝ ਬੋਲ ਦਿਓ ਭਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸਥਾਨ ਦੀ ਸੇਵਾ ਭਾਈ ਸੁਖਵਿੰਦਰ ਸਿੰਘ ਅਗਵਾਨ ਕਰਵਾ ਰਹੇ ਨੇ, ਦੀਵਾਨ ਹਾਲ ਬੰਨ ਰਹੇ ਨੇ, ਉੱਤੇ ਕੋਰੀਡੋਰ 'ਤੇ ਜਾਣ ਵਾਲੀਆਂ ਸੰਗਤਾਂ ਵਾਸਤੇ ਕਮਰੇ ਵੀ ਬੰਨ ਰਹੇ ਨੇ। ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ੍ਹ ਕੇ ਭਾਈ ਸੁਖਵਿੰਦਰ ਸਿੰਘ ਨੂੰ ਸੰਯੋਗ ਬਖਸ਼ੋ, ਮਾਇਆ ਪੱਖੋਂ, ਤਨ ਬਖਸ਼ੋ, ਸਰੀਰ ਬਖਸ਼ੋ, ਜਿੱਦਾਂ ਵੀ ਨਾਲ ਤੁਰੋ ਉਹਨਾਂ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਸ ਰਹੇ ਗੁਰੂ ਖਾਲਸਾ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਭਲੀ ਭਾਤ ਜਾਣਦੇ ਹੀ ਹੋ ਕਿ ਅੱਜ ਯੋਧੇ ਸੂਰਬੀਰ ਜਰਨੈਲਾਂ ਦਾ ਸ਼ਹੀਦੀ ਦਿਹਾੜਾ ਹੈ। ਸ਼ਹੀਦ ਭਾਈ ਸਤਵੰਤ ਸਿੰਘ ਜੀ, ਭਾਈ ਕੇਹਰ ਸਿੰਘ ਜੀ ਨੇ ਜਿਨ੍ਹਾਂ ਦੇ ਪਾਪਣ ਇੰਦਰਾ ਗਾਂਧੀ ਦਾ ਸੋਧਾ ਲਾਇਆ ਸੀਗਾ। ਇਹ ਸਿੱਖ ਕੌਮ ਯੋਧਿਆਂ, ਸੂਰਬੀਰਾਂ, ਬਹਾਦਰਾਂ ਦੀ ਕੌਮ ਹੈ, ਅਤੇ ਇਹ ਸ਼ੁਰੂ ਤੋਂ ਹੀ ਆਪਣੇ ਸਿਧਾਂਤ 'ਤੇ ਪਹਿਰਾ ਦਿੰਦੀ ਆਈ ਹੈ ਅਤੇ ਦਿੰਦੇ ਰਹਾਂਗੇ। ਜਿਸ ਜਿਸ ਨੇ ਵੀ ਸ਼੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ ਅਤੇ ਉਹ ਜਿੰਦਾ ਨਹੀਂ ਛੱਡਿਆ ਅੱਜ ਤੱਕ, ਚਾਹੇ ਅਬਦਾਲੀ ਹੋਵੇ, ਚਾਹੇ ਮੱਸਾ ਰੰਗੜ ਹੋਵੇ, ਚਾਹੇ ਬੀਬੀ ਇੰਦਰਾ ਸੀ, ਮੌਕੇ 'ਤੇ ਸਿੰਘਾਂ ਨੇ ਕੱਤੀਆਂ 'ਤੇ 51 ਕਰਕੇ ਮੋੜੇ ਆ ਅਤੇ ਮੋੜਦੇ ਰਹਾਂਗੇ।
ਇਹ ਜੰਗ ਇੱਦਾਂ ਹੀ ਰਹੂ ਅਤੇ ਇੱਦਾਂ ਚੱਲਦੀ ਰਹੂਗੀ। ਜੇਕਰ ਸੂਰਮੇ ਸਾਡੇ ਤਖ਼ਤ 'ਤੇ ਚੜ੍ਹ ਕੇ ਆਉਣਗੇ ਤਾਂ ਸਾਨੂੰ ਲਾਉਣੇ ਵੀ ਆਉਂਦੇ ਆ। ਗੁਰੂ ਸਾਹਿਬ ਦੀ ਕਿਰਪਾ ਸਦਕਾ ਅਸੀਂ ਨੌਜਵਾਨਾਂ ਨੂੰ ਇਹੋ ਅਪੀਲ ਕਰਦੇ ਹਾਂ, ਵੱਧ ਤੋਂ ਵੱਧ ਬਾਣੀ ਬਾਣ ਦੇ ਧਾਰਨੀ ਬਣੋ, ਅੰਮ੍ਰਿਤ ਛਕੋ, ਸਿੰਘ ਸਜੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।